ਸਸ਼ੀਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਮੇਲ ਯੂਐਸਸੀ ਟੀਵੀ ਮੈਂ ਹਾਂ ਮੋਹਿਤ ਰੂਬਲ ਪੰਜਾਬ ਮੇਲ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਪੰਜਾਬ ਮੇਲ ਖਬਰਾਂ ਦੇ ਸਪான்ਸਰ ਨੇ ਰੀਅਲ ਅਸਟੇਟ ਬ੍ਰੋਕਰ ਮੋਹਨ ਜੀਮਾ ਰੀਅਲ ਅਸਟੇਟ ਦੀ ਦੁਨੀਆ 'ਚ ਮੰਨਿਆ ਪਰਮੰਨਿਆ ਨਾਮ ਤੇ ਪੇਸ਼ ਨੇ ਹੁਣ ਅੱਜ ਦੀਆਂ ਚੋਣਵੀਆਂ ਖਬਰਾਂ ਜੀਐਨਏ ਗਰੁੱਪ ਦੇ ਮਾਲਕ ਦੇ ਪੁੱਤਰ ਨੇ ਖੁਦ ਨੂੰ ਮਾਰੀ ਗੋਲੀ ਜਲੰਧਰ ਦੇ ਹਸਪਤਾਲ 'ਚ ਕੀਤਾ ਗਿਆ ਦਾਖਲ ਪੰਜਾਬ ਚ ਪਰਾਲੀ ਸਾੜਨ ਦਾ ਆਂਕੜਾ 18000 ਦੇ ਪਾਰ ਪਰ ਸਿਰਫ 200 ਲੋਕਾਂ ਉਤੇ ਹੋਈ ਐਫਆਈਆਰ ਦਰਜ ਕਿਸਾਨ ਅੰਦੋਲਨ ਨਾਲ ਲੁਧਿਆਣਾ ਚ ਹਜ਼ਾਰਾਂ ਕੰਟੇਨਰ ਫਸੇ ਐਕਸਪੋਰਟ ਆਰਡਰਾਂ ਚ ਆ ਸਕਦੀ ਹੈ ਭਾਰੀ ਗਿਰਾਵਟ ਐਸਜੀਪੀਸੀ ਚੋਣਾਂ ਲਈ ਜਸਟਿਸ ਸਾਰੋ ਚੀਫ ਕਮਿਸ਼ਨਰ ਹੋਏ ਨਿਯੁਕਤ ਹਾਈ ਕੋਰਟ ਚ ਪੰਜਾਬ ਦਾ ਜਵਾਬ ਨੀਮਾਂ ਤੋਂ ਬਾਹਰ ਕਿਸੇ ਨੂੰ ਨਹੀਂ ਦਿੱਤੀ ਗਈ ਸੁਰੱਖਿਆ ਇਮੀਗ੍ਰੇਸ਼ਨ ਕੰਪਨੀਆਂ ਉੱਤੇ ਹੁਣ ਕੱਸਿਆ ਜਾਵੇਗਾ 56 ਫਰਜ਼ੀ ਪਾਇ ਜਾਣ ਉੱਤੇ ਹੋਵੇਗੀ 7 ਸਾਲ ਦੀ ਜੇਲ੍ਹ ਤੇ 5 ਲੱਖ ਰੁਪਏ ਦਾ ਜੁਰਮਾਨਾ ਪਾਕਿਸਤਾਨ ਤੋਂ ਆ ਰਹੇ ਪਰਾਲੀ ਦੇ ਧੂਏ ਦੇ ਨਾਲ ਫੱਦੂਸ਼ਿਤ ਹੋ ਰਹੀਏ ਪੰਜਾਬ ਤੇ ਦਿੱਲੀ ਦੀ ਹਵਾ ਅੰਮ੍ਰਿਤਸਰ ਮਾਮਲਾ 라ਵਨ ਦੀ ਜਗਾ ਸ਼੍ਰੀ ਰਾਮ ਦਾ ਪੁਤਲਾ ਸਾਡੇ ਜਾਨ ਦਾ ਦੋਸ਼ੀ ਹੋਇਆ ਗਿਰਕਾ ਪੰਜਾਬ ਨੂੰ ਕੇਂਦਰ ਸਰਕਾਰ ਨੇ ਦਿੱਤਾ ਇੱਕ ਹੋਰ ਚਿਤਕਾ ਆਰਡੀਐਫ ਬੰਦ ਕਰਨ ਦੀ ਕਵਾਇਦ ਬੀਬੀ ਜਗੀਰ ਕੋਰ ਦਾ ਵੱਡਾ ਐਲਾਨ ਤਰਵੀਨ Nusrat ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਹੋਈ ਨਿਯੁਕਤ ਬਠਿੰਡਾ ਡੀਐਸਪੀ ਵੱਲੋਂ ਔਰਤ ਦੇ ਜਿੰਸੀ ਸੋਸ਼ਣ ਦੇ ਮਾਮਲੇ ਦੀ ਜਾਂਚ ਹੁਣ ਕਰੇਗੀ ਐਸਆਈਟੀ ਪੇਸ਼ ਨੇ ਖਬਰਾਂ ਹੁਣ ਵਿਸਤਾਰ ਨਾਲ ਫਗਵਾੜਾ ਦੇ ਜੀਐਨਏ ਗਰੁੱਪ ਦੇ ਮਾਲਕ ਜਗਦੀਸ਼ ਸਿੰਘ ਦੇ ਪੁੱਤਰ ਗੁਰਿੰਦਰ ਸਿੰਘ ਸੇਰਾ ਨੇ ਮੰਗਲਵਾਰ ਰਾਤ 2 ਵਜੇ ਪਿੰਡ ਵੇਰਕਾ 'ਚ ਆਪਣੇ ਫਾਰਮ ਹਾਊਸ 'ਚ ਸਿਰ 'ਚ ਗੋਲੀ ਮਾਰ ਲਈ। ਵੇਰਕਾ 'ਚ ਗਰੁੱਪ ਦੀ ਫੈਕਟਰੀ ਤੇ ਫਾਰਮ ਹਾਊਸ ਹੈ ਤੇ ਗੁਰਿੰਦਰ ਦੀ ਉਮਰ 40 ਸਾਲ ਹੈ। ਉਹਨਾਂ ਦੇ ਦੋ ਬੱਚੇ ਨੇ ਇੱਕ ਪੁੱਤਰ ਤੇ ਇੱਕ ਧੀ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਉਹਨਾਂ ਨੇ ਐਕਦਮ ਕਿਉਂ ਠਾਇਆ। ਪਰਿਵਾਰਿਕ ਮੈਂਬਰ ਪਹਿਲਾਂ ਗੁਰਿੰਦਰ ਨੂੰ ਫਗਵਾੜਾ ਲੈ ਗਏ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਲੰਧਰ ਦੇ ਰਾਮਾ ਮੰਡਿਸਤਿਤ ਜੋਹਲ ਹਸਪਤਾਲ ਲਿਆ ਜਾਇਆ ਗਿਆ। ਇੱਥੇ ਇਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਡਾਕਟਰ ਬੀ.ਐਲ ਜੋਲ ਦਾ ਕਹਿਣਾ ਹੈ ਕਿ ਗੋਲੀ ਉਹਨਾਂ ਦੀ ਪੁੱੜਪੜੀ ਚ ਜਾ ਵਜਈਏ ਤੇ ਉਹਨਾਂ ਦੀ ਹਾਲਤ ਬਹੁਤ ਗੰਭੀਰ ਹੈ ਪਿੰਡ ਬੇਰਕਾ ਜਲੰਧਰ ਦੇ ਥਾਣਾ ਗੁਰਾਇਆ ਤਹਿਤ ਆਉਂਦਾ ਹੈ ਪਤਾ ਲੱਗਿਆ ਕਿ ਜੀਏ ਦੇ ਗਰੁੱਪ ਦੇ ਪਰਿਵਾਰਕ ਮੈਂਬਰਾਂ ਦਾ ਚੰਡੀਗੜ੍ਹ ਵਿੱਚ ਬੁੱਧਵਾਰ ਨੂੰ ਇੱਕ ਪ੍ਰੋਗਰਾਮ ਹੋਣਾ ਸੀ ਜਿਸ ਵਿੱਚ ਸ਼ਾਮਲ ਹੋਣ ਲਈ ਗੁਰਿੰਦਰ ਨੇ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਖੁਦ ਨੂੰ ਗੋਲੀ ਮਾਰ ਲਈ ਪੰਜਾਬ ਦੇ ਕਿਸਾਨ ਖੇਤਾਂ 'ਚ ਪਰਾਲੀ ਸਾੜਨ ਤੋਂ ਬਾਝ ਨਹੀਂ ਆ ਰਹੇ ਨੇ ਇਸ ਕਾਰਨ ਸੂਬੇ 'ਚ ਹਵਾ ਪ੍ਰਦੂਸ਼ਣ ਕਾਰਨ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਦੇ ਸਖਤ ਕਾਰਵਾਈ ਦੇ ਦਾਅਵੇ ਕਰ ਰਿਹਾ ਪਰ ਹਕੀਕਤ ਇਸ ਤੇ ਕਾਫੀ ਅਲੱਗ ਦਿਖ ਰਹੀ ਹੈ ਸੂਬੇ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਅੰਕੜਾ 18000 ਤੋਂ ਪਾਰ ਚਲਾ ਜਾ ਚੁੱਕਾ ਹੈ ਪਰ ਐਫ ਆਈ ਆਰ ਮੁਸ਼ਕਿਲ ਨਾਲ ਸਿਰਫ 200 ਕਿਸਾਨਾਂ ਦੇ ਖਿਲਾਫ ਹੀ ਹੋਈ ਹੈ ਕੁਝ ਮਾਮਲਿਆਂ 'ਚ ਤਾਂ ਸਿਰਫ ਜੁਰਮਾਨਾ ਹੀ ਕੀਤਾ ਗਿਆ ਹੈ ਕੇਸ ਦਰਜ ਕਰਨ 'ਚ ਕਾਫੀ ਟੇਲ ਵਰਤੀ ਜਾ ਰਹੀ ਹੈ ਇਸੋ ਤੇ ਕਿਸਾਨ ਬੇਖੌਫ ਹੋ ਕੇ ਪਰਾਲੀ ਸਾੜ ਰਹੇ ਨੇ ਤੇ ਸਭ ਤੋਂ ਜ਼ਿਆਦਾ ਪਰਾਲੀ ਸਾੜਨ ਵਾਲੇ ਅੰਮ੍ਰਿਤਸਰ ਤੇ ਤਰਨਤਾਰਨ 'ਚ ਹੁਣ ਤੱਕ 5-5 ਕੇਸ ਹੀ ਦਰਜ ਹੋਏ ਨੇ ਜਦ ਕਿ ਲੁਧਿਆਣਾ ਸਥਿਤ ਰਿਮੋਟ ਸੈਂਸਿੰਗ ਸੈਂਟਰ ਨੇ ਇਹਨਾਂ ਦੋਵਾਂ ਜ਼ਿਲ੍ਹਿਆਂ 'ਚ 5000 ਤੋਂ ਜ਼ਿਆਦਾ ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਨੇ ਸੰਗਰੂਰ 'ਚ 83 ਨਵਾਂ ਸ਼ਹਿਰ 'ਚ 61 ਰੂਪਨਗਰ 'ਚ 18 ਮੁਹਾਲਲੇ 'ਚ 16 ਕੇਸ ਦਰਜ ਕੀਤੇ ਗਏ ਨੇ ਚੀਨ ਨਾਲ ਪਾਰ ਸਮੇਤ ਕਈ ਦੇਸ਼ਾਂ ਦੇ ਤਣਾਅ ਅਤੇ ਗਲੋਬਲ ਮਾਰਕੀਟ 'ਚ ਵੱਧ ਰਹੀ ਮੰਗ ਦਾ ਫਾਇਦਾ ਭਾਰਤੀ ਉਦਯੋਗਾਂ ਦੇ ਬੰਪਰ ਆਰਡਰਾਂ ਦੇ ਰੂਪ ਚ ਮਿਲਣਾ ਸ਼ੁਰੂ ਹੋਇਆ ਹਾਲਾਂਕਿ ਕੋਵਿਡ ਸੰਕਟ ਤੋਂ ਬਾਅਦ ਕਿਸਾਨ ਅੰਦੋਲਨ ਉੱਤੇ ਹੁਣ ਠੀਕ ਟ੍ਰੇਨਾਂ ਨਾ ਮਿਲਣ ਨਾਲ ਪੰਜਾਬ ਦੇ ਉਦਯੋਗ ਇਸ ਮੌਕੇ ਨੂੰ ਬਣਾਉਣ ਚ ਨਾਕਾਮਯਾਬ ਸਾਬਿਤ ਹੋ ਰਹੇ ਨੇ ਜੇ ਰੇਲਵੇ ਵੱਲੋਂ ਪੰਜਾਬ ਚ ਮਾਲ ਗੱਡੀਆਂ ਦੀ ਗਿਣਤੀ ਚ ਵਾਧਾ ਕੀਤਾ ਜਾਵੇ ਤਾਂ ਇੱਥੇ ਫਸੇ 4000 ਤੋਂ ਜ਼ਿਆਦਾ ਕੰਟੇਨਰਾਂ ਨੂੰ ਮੰਜ਼ਿਲ ਤੱਕ ਪਹੁੰਚਾਇਆ ਜਾ ਸਕਦਾ ਹੈ ਕੰਟੇਨਰ ਭੇਜਣ ਲਈ ਗੱਡੀਆਂ ਦੀ ਉਪਲਬਧਤਾ ਘਟ ਹੋਣ ਦੇ ਚਲਦਿਆਂ ਉਦਯੋਗ ਜਗਤ ਨੂੰ ਹੱਥ 'ਚ ਆਰਡਰ ਹੋਣ ਦੇ ਬਾਵਜੂਦ ਇਹਨਾਂ ਨੂੰ ਪੂਰਾ ਕਰਨ ਲਈ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਦੌਰ ਭਾਰਤੀ ਉਦਯੋਗਾਂ ਲਈ ਇੱਕ ਵੱਡੇ ਮੌਕੇ ਦੀ ਰੂਪ ਚ ਆਇਆ ਹੈ। ਅਜਿਹੇ 'ਚ ਇਸ ਦੌਰ ਵਿੱਚ ਸਮੇਂ ਉੱਤੇ ਐਕਸਪੋਰਟ ਦੇ ਆਰਡਰ ਨਾ ਭੇਜੇ ਜਾਣ ਤਾਂ ਇੰਡਸਟਰੀ ਨੂੰ ਆਉਣ ਵਾਲੇ ਦਿਨਾਂ ਵਿੱਚ ਐਕਸਪੋਰਟ ਆਰਡਰਾਂ ਤੋਂ ਹੱਥ ਧੋਣਾ ਪੈ ਸਕਦਾ ਹੈ। ਐਨਾ ਨਹੀਂ, ਹੁਣ ਕੰਟੇਨਰਾਂ ਦੇ ਨਾ ਆਉਣ ਨਾਲ ਕਈ ਤਰ੍ਹਾਂ ਦੇ ਕੱਚੇ ਮਾਲ ਦੀ ਕਿੱਲਤ ਹੋਣੀ ਸ਼ੁਰੂ ਹੋ ਚੁੱਕੀ ਹੈ ਜੋ ਇੰਡਸਟਰੀ ਨੂੰ ਚਲਾ ਪਾਉਣ 'ਚ ਸਭ ਤੋਂ ਵੱਡਾ ਰੋੜਾ ਬਣ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕੇਂਦਰ ਸਰਕਾਰ ਨੇ ਹਾਈ ਕੋਰਟ ਦੇ ਰਿਟਾਇਰਡ ਜਸਟਿਸ ਐਸ ਐਸ ਸਾਰਨ ਨੂੰ ਗੁਰਦੁਆਰਾ ਕਮਿਸ਼ਨ ਦੇ ਚੀਫ ਕਮਿਸ਼ਨਰ ਦੇ ਅਹੁਦੇ ਉੱਤੇ ਨਿਯੁਕਤ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ। ਕੇਂਦਰ ਵੱਲੋਂ ਹਾਈ ਕੋਰਟ ਨੂੰ ਦੱਸਿਆ ਗਿਆ ਹੈ ਕਿ ਜਸਟਿਸ ਸਾਰਨ ਨੂੰ ਇਸ ਅਹੁਦੇ ਉੱਤੇ ਨਿਯੁਕਤ ਕੀਤੇ ਜਾਣ ਸੰਬੰਧੀ 9 ਅਕਤੂਬਰ ਨੂੰ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਮੰਗਲਵਾਰ ਨੂੰ ਕੇਂਦਰ ਸਰਕਾਰ ਵੱਲੋਂ ਐਡੀਸ਼ਨਲ ਸੋਲੀਸਟਰ ਜਨਰਲ ਆਫ ਇੰਡੀਆ ਸਤਿਪਾਲ ਜੈਨ ਨੇ ਸੰਬੰਧੀ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਹੈ। ਉਤੇ ਹੀ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਉਤੇ ਆਪਣਾ ਪੱਖ ਰੱਖਣ ਲਈ এসজਪੀਸੀ ਨੇ ਹਾਈ ਕੋਰਟ ਤੋਂ ਕੁਝ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ ਹੈ ਜਿਸ ਉਤੇ ਜਸਟਿਸ ਮੰਜਰੀ ਨਹਿਰੂ ਕੋਲ ਨੇ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਤੋਂ ਬਾਅਦ ਅਪੀਲ ਉਤੇ ਸੁਣਵਾਈ 4 ਮਾਰਚ ਤੱਕ ਮੁਲਤਵੀ ਕਰ ਦਿੱਤੀ ਹੈ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਬਲਦੇਵ ਸਿੰਘ ਸਿਰਸਾ ਨੇ ਸਾਲ 2017 ਚ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ এসজਪੀਸੀ ਬੋਰਡ ਦਾ 5 ਸਾਲਾਂ ਦਾ ਕਾਰਜਕਾਲ ਖਤਮ ਹੋ ਚੁੱਕਾ ਹੈ ਅਜਿਹੇ 'ਚ ਬੋਰਡ ਦੀ ਚੋਣ ਮੁੜ ਕਾਰਵਾਈ ਕਰ ਸਕਦੀ ਹੈ ਸਿਰਸਾ ਤੋਂ ਬਾਅਦ ਇਹ ਸੇ ਮੰਗਦੂਰ ਲੈ ਕੇ ਕੁਝ ਹੋਰ ਪਟੀਸ਼ਨਾਂ ਵੀ ਕੋਰਟ 'ਚ ਦਾਇਰ ਕੀਤੀਆਂ ਜਾ ਚੁੱਕੀਆਂ ਨੇ ਇੱਕ ਸਾਲ ਪਟੀਸ਼ਨ ਇਸ ਸਾਲ ਦਾਇਰ ਕੀਤੀ ਗਈ ਸੀ ਹਾਈ ਕੋਰਟ ਸਾਰੀਆਂ ਪਟੀਸ਼ਨਾਂ ਉਤੇ ਇਕੱਠੀਆਂ ਸੁਣਵਾਈ ਕਰ ਰਿਹਾ ਹੈ ਸੂਬਾ ਸਰਕਾਰ ਨੇ ਹਾਈ ਕੋਰਟ ਵਿੱਚ ਹਲਫਨਾਮਾ ਦਾਇਰ ਕਰਕੇ ਦੱਸਿਆ ਕਿ ਸੂਬੇ ਵਿੱਚ ਸੂਬਾਈ ਸੁਰੱਖਿਆ ਨੀਤੀ 2013 ਤੋਂ ਬਾਹਰ ਜਾ ਕੇ ਕਿਸੇ ਵੀ ਵਿਅਕਤੀ ਨੂੰ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ ਹੈ। ਸੁਪਰ ਸਰਕਾਰ ਨੇ ਮੰਗਲਵਾਰ ਨੂੰ ਇਸ ਬਾਰੇ ਹਾਈ ਕੋਰਟ ਵਿੱਚ ਸੀਲਬੰਦ ਲਫਾਫਾ ਦੇ ਕੇ ਸੁਰੱਖਿਆ ਪ੍ਰਾਪਤ ਕਰਨ ਵਾਲੇ ਲੋਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈਏ। ਉਥੇ ਜਿਹੜੇ ਵਿਅਕਤੀ ਕਿਸੇ ਅਹੁਦੇ ਉੱਤੇ ਨਹੀਂ ਨੇ ਇਹੋ ਜਿਹੇ ਕਿੰਨੇ ਵਿਅਕਤੀਆਂ ਨੂੰ ਸਰਕਾਰ ਨੇ ਸੁਰੱਖਿਆ ਦਿੱਤੀ ਹੈ ਬਾਰੇ ਜਾਣਕਾਰੀ ਮੰਗੇ ਜਾਣ ਤੇ ਪੰਜਾਬ ਸਰਕਾਰ ਨੇ ਹੁਣ ਹਾਈ ਕੋਰਟ ਤੋਂ ਵਕਤ ਮੰਗਿਆ। ਹਾਈ ਕੋਰਟ ਨੇ ਸਰਕਾਰ ਨੂੰ ਕੁਝ ਸਮਾਂ ਦਿੰਦਿਆਂ ਹੋਇਆ ਸੁਣਵਾਈ 7 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਦਸਣਯੋਗ ਹੈ ਕਿ ਵਿਧਾਨ ਸਭਾ ਦੇ ਸਾਪ ਦਾ ਵਿਧਾਇਕ ਵੀਰ ਦਵਿੰਦਰ ਸਿੰਘ ਨੇ ਸੁਰੱਖਿਆ ਵਾਪਸ ਲੈ ਜਾਣ ਉਤੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੁਰੱਖਿਆ ਬਹਾਲ ਕੀਤੇ ਜਾਣ ਦੀ ਮੰਗ ਕੀਤੀ ਸੀ ਵੀਰ ਦਵਿੰਦਰ ਸਿੰਘ ਨੇ ਪਟੀਸ਼ਨ ਦਾਇਰ ਕਰਕੇ ਦੱਸਿਆ ਸੀ ਕਿ ਵਰਾ 1983 ਦੌਰਾਨ ਉਹਨਾਂ ਨੂੰ ਸੁਰੱਖਿਆ ਮਿਲੀ ਹੋਈ ਸੀ 19 ਮਈ 1991 ਵਿੱਚ ਉਹਨਾਂ ਉਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਤੇ 2002 ਤੋਂ 2007 ਤੱਕ ਉਹ ਖਰੜ ਤੋਂ ਵਿਧਾਇਕ ਰਹੇ ਨੇ ਪਰ ਹੁਣ ਸੂਬਾ ਸਰਕਾਰ ਨੇ ਇੱਕ ਤਰਫਾ ਫੈਸਲਾ ਲੈਂਦੇ ਹੋਇਆ 23 ਜੂਨ ਨੂੰ ਉਹਨਾਂ ਦੀ ਸੁਰੱਖਿਆ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮ ਵਾਪਸ ਹਟਲੇ ਨੇ ਹੁਣ ਉਹਨਾਂ ਦੀ ਸੁਰੱਖਿਆ ਵਿੱਚ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਹੈ ਜਦਕਿ ਸਾਬਕਾ ਵਿਧਾਇਕ ਹੋਣ ਕਰਕੇ ਉਹਨਾਂ ਕੋਲ ਘੱਟੋ ਘੱਟ ਦੋ ਸੁਰੱਖਿਆ ਮੁਲਾਜ਼ਮ ਹੋਣੇ ਚਾਹੀਦੇ ਨੇ ਖਬਰਾਂ ਦਾ سلسلہ ਇਸੇ ਤਰ੍ਹਾਂ ਬਣਿਆ ਰਹੇਗਾ ਫਿਰ ਹਾਸ ਸਮਾਉਚਕ ਛੋਟੀ ਜੀ ਬ੍ਰੇਕ ਦਾ ਖਬਰਾਂ ਦੀਆਂ ਅੰਦਰਲੀਆਂ ਪਰਤਾਂ ਵਿੱਚ ਕੀ ਹੈ? ਖਬਰਾਂ ਦੇ ਪਿਛੋਕੜ ਦਾ ਕੀ ਹੈ ਸੱਚ? ਬਿਆਨ ਕਰੇਗਾ ਸਾਡਾ ਪ੍ਰੋਗਰਾਮ ਪੰਜਾਬ ਮੇਲ ਖਬਰ ਜੰਕਸ਼ਨ ਸਿਰਪ ਪੰਜਾਬ ਮੇਲ ਯੂਐਸ ਚੈਨਲ ਬ੍ਰੀਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਹੈ ਪੰਜਾਬ ਮੇਲ ਖਬਰਾਂ ਦੇ ਵਿੱਚ ਜ਼ਿਲ੍ਹਾ ਮੁਹਾਲੀ 'ਚ ਪ੍ਰਾਪਰਟੀ ਕੇਸਾਂ ਨੂੰ ਨਿਬੇੜਨ ਲਈ ਤਿੰਨ ਮੈਂਬਰੀ ਕਮੇਟੀ ਦੇ ਗਠਨ ਤੋਂ ਬਾਅਦ ਹੁਣ ਇਮੀਗ੍ਰੇਸ਼ਨ ਦੇ ਮਾਮਲਿਆਂ 'ਚ ਹੋਣ ਵਾਲੀ ਧੋਖਾਧੜੀ ਨੂੰ ਰੋਕਣ ਦੇ ਲਈ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਕਾਬਿਲ ਗੌਰ ਹੈ ਕਿ ਜ਼ਿਲ੍ਹਾ ਮੁਹਾਲੀ 'ਚ ਹਰ ਮਹੀਨੇ ਇਮੀਗ੍ਰੇਸ਼ਨ ਫਰੋਡ ਸੰਬੰਧੀ 10 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਨੇ ਇਮੀਗ੍ਰੇਸ਼ਨ ਫਰੋਡ ਤੋਂ ਬਾਅਦ ਪ੍ਰਾਪਰਟੀ 'ਚ ਧੋਖਾਧੜੀ ਦੇ ਮਾਮਲਿਆਂ 'ਚ ਮੁਹਾਲੀ ਅੱਗੇ ਨੇ ਜ਼ਿਲ੍ਹੇ ਦੇ ਡੀਸੀ ਗਰੀਸ਼ ਦਿਆਲ ਨੇ ਇਮੀਗ੍ਰੇਸ਼ਨ ਮਾਮਲਿਆਂ ਦੀ ਜਾਂਚ ਲਈ ਕਮੇਟੀ ਦਾ ਇਸ ਵਿੱਚ ਸਬ ਡਿਵੀਜ਼ਨ ਉੱਤੇ ਇਸ ਕਮੇਟੀ ਦੀ ਕਮਾਂਡ ਐਸ ਡੀ ਐਮ ਤੇ ਡੀ ਐਸ ਪੀ ਦੇ ਹੱਥ ਹੋਵੇਗੀ ਉਤ ਇਹ ਜ਼ਿਲ੍ਹੇ ਵਿੱਚ ਇਨਾ ਇਮੀਗ੍ਰੇਸ਼ਨ ਕੰਪਨੀਆਂ ਨੇ ਪ੍ਰਸ਼ਾਸਨ ਤੋਂ ਮਾਨਤਾ ਨਹੀਂ ਲੈ ਰੱਖੀ ਹੈ ਇਸ ਦੀ ਜਾਂਚ ਲਈ ਸਪੈਸ਼ਲ ਮੁਹਿੰਮ ਚਲਾਈ ਜਾਵੇਗੀ ਹੁਣ ਜੇਕਰ ਕੋਈ ਫੜਿਆ ਗਿਆ ਹੈ ਤਾਂ ਉਸ ਨੂੰ 7 ਸਾਲ ਦੀ ਜੇਲ ਤੇ 5 ਲੱਖ ਦਾ ਜੁਰਮਾਨਾ ਦੇਣਾ ਪਵੇਗਾ ਡੀ ਸੀ ਗਰੀਸ਼ ਦਿਆਲਰ ਨੇ ਦੱਸਿਆ ਕਿ ਕਮੇਟੀ ਚ ਸਬ ਡਿਵੀਜ਼ਨਲ ਮੈਜਿਸਟ੍ਰੇਟ ਖਰਨ ਮੁਹਾਲੀ ਤੇ ਡੇਰਾ ਬੱਸੀ ਸਬ ਡਿਵੀਜ਼ਨਲ ਡੀ ਐਸ ਪੀ ਐਮਸੀ ਮੁਹਾਲੀ ਸਹਾਇਕ ਕਮਿਸ਼ਨਰ ਐਮਸੀ ਈਓ ਤੇ ਲੇਬਰ ਇੰਸਪੈਕਟਰ ਆਪਸ ਵਿੱਚ ਤਾਲਮਿਲ ਕਰਕੇ ਆਈਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਗੇ ਦਿੱਲੀ ਦੀ ਹਵਾ ਦੂਸ਼ਿਤ ਕਰਨ ਲਈ ਸਿਰ ਪੰਜਾਬ ਹੀ ਨਹੀਂ ਪਾਕਿਸਤਾਨ ਵੀ ਜ਼ਿੰਮੇਵਾਰ ਹੈ ਪਾਕਿਸਤਾਨ ਦੇ ਸਰਹੱਦੀ ਪਿੰਡਾਂ ਵਿੱਚ ਪ੍ਰਾਲੀ ਦਾ ਧੂਆਂ ਪੰਜਾਬ ਦੇ ਰਸਤੇ ਦਿੱਲੀ ਪਹੁੰਚ ਰਿਹਾ ਹੈ ਐਪਰਕਟਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਿੰਡੂ ਖੇਤਰਾਵਾਂ ਵਿੱਚ ਸਥਾਪਿਤ ਇੱਕ ਹਾਈ ਵੋਲਿਊਮ ਸੈਂਪਲਰ ਮਸ਼ੀਨ ਤੋਂ ਮਿਲੇ ਆਂਕੜਿਆਂ ਵਿੱਚ ਹੋਇਆ ਰਾਜਦੇ ਸਰਹੱਦੀ ਇਲਾਕੇ ਵਿੱਚ ਹਵਾ ਦੀ ਕੁਆਲਿਟੀ ਦੇ ਇੰਡੈਕਸ ਦੇ ਪੱਧਰ ਵਿੱਚ 30 ਫੀਸਦੀ ਦਾ ਵਾਧਾ ਹੋਇਆ। ਭਾਰਤ-ਪਾਕਿਸਤਾਨ ਸਰਹੱਦ 3323 ਕਿਲੋਮੀਟਰ ਲੰਬੀ ਹੈ। ਇਸ ਵਿੱਚ ਪੰਜਾਬ ਨਾਲ ਪਾਕਿਸਤਾਨ ਦੀ ਹੱਦ 553 ਕਿਲੋਮੀਟਰ ਜੁੜੀ ਹੋਈ ਹੈ। ਇਹਨਾਂ ਦਿਨਾਂ ਵਿੱਚ ਪੰਜਾਬ ਸਮੇਤ ਪਾਕਿਸਤਾਨ ਦੇ ਸਰਹੱਦੀ ਪਿੰਡਾਂ ਵਿੱਚ ਝੋਨੇ ਦੀ ਕਟਾਈ ਪੂਰੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਅਤੇ ਵੀ ਕਿਸਾਨ ਪਰਾਲੀ ਦੇ ਨਿਪਟਾਰੇ ਲਈ ਅੱਗ ਲਾ ਰਹੇ ਨੇ ਇਹ ਗੱਲ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਲਈਆਂ ਗਈਆਂ ਸੈਟੇਲਾਈਟ ਤਸਵੀਰਾਂ ਵਿੱਚ ਵੀ ਸਾਹਮਣੇ ਆ ਰਹੀ ਹੈ ਹੁਣ ਪੀਪੀਸੀਬੀ ਦੀਆਂ ਮਾਤਰਾ ਵਾਲੀਆਂ ਸੈਂਪਲਰ ਮਸ਼ੀਨਾਂ ਵੀ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਰਾਜਦੇਸ਼ ਸਰਹਦੀ ਇਲਾਕਿਆਂ ਵਿੱਚ ਹਵਾ ਦੀ ਕੁਆਲਿਟੀ ਦੇ ਸੂਚਕਾਂਕ ਦੇ ਪੱਧਰ ਨੂੰ ਵਧਾ ਰਹੀਆਂ ਨੇ ਪੰਜਾਬ ਦੇ ਜ਼ਿਲ੍ਹਾ ਅਮ੍ਰਿਤਸਰ ਚ ਮਾਨਾਵਾਲਾ ਪਿੰਡ ਚ ਕੁਝ ਸ਼ਰਾਰਤੀ ਲੋਕਾਂ ਨੇ ਦਸਹਿਰੇ ਵਾਲੇ ਦਿਨ 라ਵਣ ਦੀ ਜਗ੍ਹਾ ਭਗਵਾਨ ਸ਼੍ਰੀ ਰਾਮ ਦੇ ਪੁਤਲੇ ਨੂੰ ਸਾੜਿਆ ਸੀ ਇਸ ਮਾਮਲੇ ਤੇ ਸ਼ਿਕਾਇਤ ਤੋਂ ਬਾਅਦ 14 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਐਨਾ ਚੋਂ 4 ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦੋਂ ਕਿ ਬਾਕੀ 10 ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਜਾਰੀ ਨੇ ਲਪੋਕੇ ਥਾਣਾ ਪੁਲਿਸ ਨੇ ਦੱਸਿਆ ਕਿ ਮਾਨਾ ਵਾਲਾ ਪਿੰਡ ਦੇ ਕੁਝ ਸ਼ਰਾਤੀ ਲੋਕਾਂ ਨੇ ਭਗਵਾਨ ਸ਼੍ਰੀ ਰਾਮ ਦਾ ਪੁਤਲਾ ਬਣਾ ਕੇ ਉਸ ਨੂੰ ਸਾੜਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਇਸ ਸਬੰਧ ਵਿੱਚ ਮੰਗਲਵਾਰ ਨੂੰ ਧਾਰਮਿਕ ਭਾਵਨਾਵਾਂ ਨੂੰ ਝੁਕਾਉਣ ਦੇ ਦੋਸ਼ ਵਿੱਚ ਐਫ ਆਈ ਆਰ ਦਰਜ ਕੀਤੀ ਹੈ ਪੁਲਿਸ ਨੇ ਨਾਮਜ਼ਦ ਦੋਸ਼ੀਆਂ ਦੇ ਨਾਮ ਤੋਂ ਇਲਾਵਾ 10 ਹੋਰ ਲੋਕਾਂ ਦੇ ਨਾਮ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਡੀਐਸਪੀ ਗੁਰੂ ਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਵੀਡੀਓ 'ਚ ਦਿਖਣ ਵਾਲੇ ਦੋਸ਼ੀਆਂ ਦੀ ਪਛਾਣ ਕਰਵਾਈ ਜਾ ਰਹੀ ਹੈ। ਪੁਲਿਸ ਮੁਤਾਬਕ ਮੰਗਲਵਾਰ ਦੀ ਰਾਤ ਸਬ ਇੰਸਪੈਕਟਰ ਹਰਪਾਲ ਸਿੰਘ ਦੇ ਮੋਬਾਈਲ ਉੱਤੇ ਇੱਕ ਨੰਬਰ ਤੋਂ ਵੀਡੀਓ ਭੇਜੀ ਗਈ। ਵੀਡੀਓ 'ਚ ਉਕਤ ਨੌਜਵਾਨ ਐਵੇਂ ਕਹਿੰਦੇ ਹੋਏ ਨਜ਼ਰ ਆਏ ਕਿ ਉਹ ਦੱਸਣਾ ਚਾਹੁੰਦੇ ਨੇ ਕਿ ਰਾਵਣ ਬਹੁਤ ਤਪਸਵੀ ਸੀ, ਰਾਮ ਜੋ ਵੀ ਸੀ ਉਹ ਰਾਵਣ ਤੋਂ ਘੱਟ ਤਪਸਵੀ ਸੀ ਇਸ ਲਈ ਉਹ ਭਗਵਾਨ ਰਾਮ ਦਾ ਪਤਲਾ ਫੁਕਣ ਜਾ ਰਹੇ ਨੇ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਾਰੇ ਹਿੰਦੂ ਸੰਗਠਨਾਂ ਵੱਲੋਂ ਇਸ ਦਾ ਜਮ ਕੇ ਵਿਰੋਧ ਕੀਤਾ ਗਿਆ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਪੂਰੀ ਕਰ ਲਈ ਹੈ। ਪੰਜਾਬ ਨੂੰ ਇਹ ਝਟਕਾ ਪੇਂਡੂ ਵਿਕਾਸ ਨਿਧੀ ਯਾਨੀ ਕਿ ਆਰ ਡੀ ਐਫ ਨੂੰ ਲੈ ਕੇ ਚੁੱਕੇ ਗਏ ਕੇਂਦਰ ਸਰਕਾਰ ਦੇ ਨਵੇਂ ਕਦਮ ਨਾਲ ਲੱਗ ਸਕਦਾ ਹੈ। ਕੇਂਦਰ ਨੇ ਪੰਜਾਬ ਚ ਝੋਨੇ ਦੀ ਖਰੀਦ ਲਈ ਭੇਜੀ ਗਈ ਪ੍ਰੋਵੀਜ਼ਨਲ ਕਾਸਟ ਸੀਟ ਚ 3% ਦੀ ਆਰ ਡੀ ਐਫ ਨੂੰ ਫਿਲਹਾਲ ਜ਼ੀਰੋ ਕਰ ਦਿੱਤਾ ਹੈ। ਖੇਤੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਿਸ ਆਰ ਡੀ ਐਫ ਦਾ ਭੁਗਤਾਨ ਕੇਂਦਰ ਸਰਕਾਰ ਪਿਛਲੇ 5 ਦਹਾਕਿਆਂ ਤੋਂ ਕਰ ਰਹੀ ਹੈ ਉਸ ਬਾਰੇ ਹੁਣ ਅਜਿਹਾ ਸਵਾਲ ਪੁੱਛਣ ਦਾ ਮਤਲਬ ਹੈ ਕਿ ਸਰਕਾਰ ਇਸ ਪੈਸੇ ਨੂੰ ਦੇਣ ਚ ਅਨਾ ਕਣੀ ਕਰ ਰਹੀ ਹੈ ਕੇਂਦਰ ਸਰਕਾਰ ਆਰਡੀਐਫ ਨਹੀਂ ਦਿੰਦੀਏ ਤਾਂ ਪੰਜਾਬ ਨੂੰ ਕਣਕ ਦੇ ਸੀਜ਼ਨ ਚ ਲਗਭਗ 150 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਡਰ ਹੈ ਦਿਲਚਸਪ ਗੱਲ ਇਹ ਹੈ ਕਿ ਪੰਜਾਬ ਸਰਕਾਰ ਨਵੇਂ ਖੇਤੀ ਸੁਧਾਰ ਕਾਨੂੰਨਾ ਦਾ ਵਿਰੋਧ ਵੀ ਇਸ ਲਈ ਕਰ ਰਹੀ ਹੈ ਕਿਉਂਕਿ ਇਸ ਵਿੱਚ ਮੰਡੀਆਂ ਦੇ ਬਾਹਰ ਵਿਕਣ ਵਾਲੇ ਅਨਾਜ ਉਤੇ ਕਿਸੇ ਤਰ੍ਹਾਂ ਦਾ ਟੈਕਸ ਆਦੀ ਲਾਉਣ ਦੀ ਵਿਵਸਥਾ ਕੀਤੀ ਗਈ ਸੀ ਪਰ ਹੁਣ ਝੋਨੇ ਦੀ ਖਰੀਦ ਚ ਹੀ ਕੇਂਦਰ ਸਰਕਾਰ ਵੱਲੋਂ ਆਰਡੀਐਫ ਨੂੰ ਹਟਾਉਣ ਨਾਲ ਸੂਬਾ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ APMC ਐਕਟ ਦੇ ਤਹਿਤ ਪੰਜਾਬ ਸਰਕਾਰ ਨੇ ਕਣਕ ਉਤੇ ਝੋਨੇ ਦੀ ਖਰੀਦ ਉਤੇ 3% ਦੀ ਮਾਰਕੀਟ ਫੀਸ, 3% ਦੀ ਰੂਰਲ ਡਿਵੈਲਪਮੈਂਟ ਫੰਡ ਅਤੇ 2.5% ਦੀ ਆੜਤ ਲਗਾਈ ਹੋਈ ਹੈ। ਇਸ ਦਾ ਭੁਗਤਾਨ ਖਰੀਦਦਾਰ ਨੂੰ ਕਰਨਾ ਹੈ ਤੇ ਕਣਕ ਤੇ ਝੋਨੇ ਦੀ ਖਰੀਦ ਕੇਂਦਰ ਸਰਕਾਰ ਲਈ ਪੰਜਾਬ ਦੀਆਂ ਪੰਜ ਖਰੀਦ ਏਜੰਸੀਆਂ ਕਰਦੀਆਂ ਨੇ। ਅਜਿਹੇ 'ਚ ਇਸ ਅਨਾਜ ਨੂੰ ਖਰੀਦਣ ਲਈ ਕਿਹੜੇ-ਕਿਹੜੇ ਖਰਚੇ ਸਰਕਾਰ ਦੇਵੇਗੀ ਤੇ ਕਿੰਨੇ ਦੇਵੇਗੀ ਇਸ ਦੀ ਇੱਕ ਪ੍ਰੋਵੀਜ਼ਨਲ ਕਾਸਟ ਸ਼ੀਟ ਭੇਜ ਜਾਂਦੀ ਹੈ ਤਾਂ ਕਿ ਏਜੰਸੀਆਂ ਜਦੋਂ FCI ਨੂੰ ਅਨਾਜ ਦੀ ਡਿਲੀਵਰੀ ਦੇਉਣ ਤਾਂ ਉਹਨਾਂ ਖਰਚਿਆਂ ਨੂੰ ਮਿਲਾ ਕੇ ਬਿੱਲ ਤਿਆਰ ਕਰੇ। ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਿਸਤਾਰ ਕਰਦਿਆਂ ਬੀਬੀ ਜਗਮੀਤ ਕੌਰ ਸੰਧੂ ਅਤੇ ਬੀਬੀ ਅਮਰਜੀਤ ਕੌਰ ਪੰਜਗਿਰਾਈ ਕਲਾਂ ਨੂੰ ਇਸਤਰੀ ਅਕਾਲੀ ਦਲ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਜ਼ਿਲ੍ਹਾ ਸੰਗਰੂਰ ਦੀ ਜ਼ਿਲ੍ਹਾ ਜਥੇਬੰਦੀ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਪਹਿਲੇ ਢਾਂਚੇ ਵਿੱਚ ਸੋਧ ਕਰਦਿਆਂ ਬੀਬੀ ਫਰਜ਼ਾਨਾ ਆਲਮ ਦਾ ਨਾਮ ਬਤੌਰ ਜਨਰਲ ਸਕੱਤਰ ਵਾਪਸ ਲੈ ਲਿਆ ਅਤੇ ਉਹਨਾਂ ਦੀ ਥਾਂ ਆਟ ਦੀ ਪ੍ਰਾਣੀ ਅਤੇ ਸੀਨੀਅਰ ਆਗੂ ਬੀਬੀ ਪ੍ਰਵੀਰ Nusrat ਨੂੰ ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਮਹਿਲਾ ਅਕਾਲੀ ਨੇਤਾ ਕਿਰਨਜੋਤ ਕੋਰ ਵੱਲੋਂ ਸਾਬਕਾ ਪੁਲਿਸ ਅਫਸਰ ਇਜ਼ਹਾਰ ਆलम ਦੀ ਪਤਨੀ ਫਰਜ਼ਾਨਾ ਆलम ਨੂੰ ਜਨਰਲ ਸਕੱਤਰ ਨਿਯੁਕਤ ਕਰਨ ਦਾ ਜ਼ੋਰਦਾਰ ਵਿਰੋਧ ਕਰਨ ਤੋਂ ਬਾਅਦ ਇਸ ਮਾਮਲੇ 'ਤੇ ਅਕਾਲੀ ਦਲ ਨੇ ਨਵਾਂ ਮੋੜ ਲੈ ਲਿਆ ਅਤੇ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੋਰ ਨੇ ਅੱਜ ਫਰਜ਼ਾਨਾ ਆलम ਨੂੰ ਦਿੱਤਾ ਅਹੁਦਾ ਵਾਪਸ ਲੈ ਕੇ ਉਹਨਾਂ ਦੀ ਥਾਂ ਪ੍ਰਵੀਰ Nusrat ਨੂੰ ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਮਠਿੰਡਾ ਪੁਲਿਸ ਵੱਲੋਂ ਔਰਤ ਜੈਂਸੀ ਸੋਸ਼ਲ ਸੰਬੰਧੀ ਗ੍ਰਿਫਤਾਰ ਐਸਟੀਐਫ ਦੇ ਡੀਐਸਪੀ ਗੁਰਸ਼ਰਨ ਸਿੰਘ ਦੇ ਮਾਮਲੇ ਦੀ ਜਾਂਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਯਾਨੀ ਕਿ ਸੈੱਟ ਕਰੇਗੀ ਡੀਐਸਪੀ ਹੀਨਾ ਗੁਪਤਾ ਦੀ ਅਗਵਾਈ ਹੇਠ ਇਸ ਟੀਮ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਦੂਜੀ ਪਾਸੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਕਿ ਡੀਐਸਪੀ ਦਾ 3 ਦਿਨਾਂ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਇਸ ਸੰਬੰਧੀ ਐਸਪੀ ਗੁਰਵਿੰਦਰ ਸਿੰਘ ਸੰਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਸ਼ਰਨ ਸਿੰਘ ਖਿਲਾਫ ਵਿਭਾਗੀ ਪੜਤਾਲ ਵੀ ਕੀਤੀ ਜਾਵੇਗੀ ਦਸਤਕੀ ਹੈ ਕਿ ਸੋਮਵਾਰ ਰਾਤ ਡੀਐਸਪੀ ਗੁਰਸ਼ਰਨ ਸਿੰਘ ਨੂੰ ਹਨੂਮਾਨ ਚੌਂਕ ਨੇੜੇ ਸਥਿਤ ਇੱਕ ਨਿੱਜੀ ਹੋਟਲ ਦੇ ਕਮਰੇ ਵਿੱਚ ਔਰਤ ਨਾਲ ਇਤਰਾਜ਼ਯੋਗ ਹਾਲਤ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਡੀਐਸਪੀ ਉੱਤੇ ਔਰਤ ਨੇ ਦੋਸ਼ ਲਗਾਏ ਸਨ ਕਿ ਲਗਭਗ 3 ਮਹੀਨੇ ਪਹਿਲਾਂ ਐਸਟੀਐਫ ਦੀ ਟੀਮ ਨੇ ਪੰਜਾਬ ਪੁਲਿਸ ਦੇ ਏਐਸਆਈ ਨੂੰ ਹੈਰੋਇਨ ਸਮਗਲਿੰਗ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਏਐਸਆਈ ਦੀ ਪਤਨੀ ਡੀਐਸਪੀ ਦੇ ਸੰਪਰਕ ਵਿੱਚ ਆਈ ਤੇ ਉਸ ਨੂੰ ਫੋਨ ਕਰਕੇ ਮਾਨਸਿਕ ਤੌਰ ਉਤੇ ਪਰੇਸ਼ਾਨ ਕਰਨ ਲੱਗਾ ਸੀ ਡੀਐਸਪੀ ਉਸ ਦੇ ਪਰਿਵਾਰ ਨੂੰ ਝੂਠੇ ਸਮਗਲਿੰਗ ਦੇ ਕੇਸ 'ਚ ਫਸਾਉਣ ਦੀ ਧਮਕੀ ਦੇ ਕੇ ਉਸ ਨੂੰ ਹੋਟਲ 'ਚ ਬੁਲਾਉਣ ਲੱਗਾ ਇਹ ਸਨ ਅੱਜ ਦੀਆਂ ਖਾਸ ਖਬਰਾਂ ਪੰਜਾਬ ਅਤੇ ਭਾਰਤ ਦੀਆਂ ਹੋਰ ਖਬਰਾਂ ਲਈ ਤੁਸੀਂ ਵਿਖਦੇ ਰਹੋ ਪੰਜਾਬ ਮਿਲ ਯੂਐਸਏ ਦਾ ਐਬੁਲੇਟਿਨ